ਹੁਣ ਇੱਕ ਮੈਂ ਇਸ ਜਿਹੜਾ ਸਵਾਲ ਕੀਤਾ ਅੱਗੇ ਪਿਛਲੇ ਦਿਨਾਂ 'ਚ ਵੀ ਇੱਕ ਬੰਦੇ ਇਹੋ ਗੱਲ ਕੀਤੀ ਸੀ ਉਹ ਯੂਟਿਊਬ ਵਾਲੇ ਜਿਹੜਾ 15 ਲੱਖ ਲੈ ਜਾਂ 4 ਲੱਖ ਲੈ ਨਾਲ ਨਹੀਂ ਮਿਲਦਾ ਬਾਈ ਜਾਨ ਜਿਹੜੀ 15-15 ਦੇ ਉਹਨਾਂ ਦੀਆਂ ਮਾਵਾਂ 30 ਤੋਤੇ ਦੁੱਧ ਕਰਦੀਆਂ ਰਹੀਆਂ ਨੇ ਇੱਕ ਜਾਨਵਰ 30 ਲੀਟਰ ਕਰੇ ਇੱਕ ਦੋਵੇਂ 24 ਘੰਟਿਆਂ ਦਾ ਇੱਕ ਜਾਨਵਰ ਕਰੇ 12 ਲੀਟਰ ਹੁਣ ਬਰਾਬਰ ਤਾਂ ਨਹੀਂ ਹੋ ਸਕਦੇ ਕੀ ਪਲੈਨ ਹੈ ਕਿ ਉਹ ਆਇਆ ਕਿ 20 ਲੀਟਰ 25 ਲੀਟਰ ਤੋਂ ਉੱਤੇ ਉੱਤੇ ਨਹੀਂ ਨਹੀਂ ਜੇ ਬਾਈ ਜੀ 20 ਮੈਂ ਤਾਂ ਹੱਕ 'ਚ ਨਹੀਂ ਇਸ ਮੈਂ ਤਾਂ 20L ਦੀ ਵੀ ਹੱਕ 'ਚ ਨਹੀਂ ਅਗਰ ਸੀਮਨ ਦੇਣਾ ਹੈ ਨਾ ਮਜ਼ਾ ਹੈ ਹਰ ਘਰ ਪਹਿਲਣ ਜੋਟੀ 20 ਲੀਟਰ ਦੁੱਧ ਦੇਵੇ ਪਹਿਲਣ ਮੱਝ ਨਹੀਂ ਮਤਲਬ ਮੇਰੇ ਪੁੱਛਣ ਦਾ ਜੀ ਜੀ ਕੁਐਸਚਨ ਹੈ ਕਿ ਜਿਹੜਾ ਤੁਸੀਂ ਬੁੱਲ ਸਿਲੈਕਟ ਕਰਨਾ ਹਾਂ ਹਾਂ ਮੈਂ 30 ਲੀਟਰ ਤੋਂ ਉੱਤੇ ਵਾਲੀ ਮੱਝ ਦੇ ਕਰਨੇ ਨੇ ਮੇਰੀ ਜਿਹੜਾ ਮੇਰੇ ਕੋਲ ਬੁੱਲ ਨੇ ਇਸ ਟਾਈਮ ਮੇਰੇ ਕੋਲ 5 ਬੱਚੇ ਨੇ ਜੀ ਜੀ 5 ਸਾਨ 2 ਹੀਨੋ ਦੇ ਪੁੱਤਰ ਨੇ ਅੱਛਾ ਉਹ ਪਾਕਿਸਤਾਨ ਪੂਰੇ ਨੂੰ ਪਤਾ ਹੈ ਵੀ 30 ਲੀਟਰ ਤੋਂ ਉੱਤੇ ਮੱਝ ਦੁੱਧ ਕੀਤਾ ਹੈ ਜੀ ਜੀ ਉਹ ਸਾਰੇ ਦੋਸਤਾਂ ਸਾਡੇ ਸਭ ਨੂੰ ਜਾਣਦੇ ਨੇ ਜੀ ਜੀ ਉਹ ਹੀਨੋ ਦਾ ਪੁੱਤਰ ਹੈ 2019 ਜੀ ਅਸਲਾਮ ਅਲੈਕੁਮ ਦੋਸਤੋ ਆਜ ਹਮ ਮੌਜੂਦ ਹੈ ਮੁਲਤਾਨ ਮੇਂ ਸਰਦਾਰ ਹਾਜੀ ਸ਼ੌਕਰ ਡੋਗਰ ਸਾਹਿਬ ਕੇ ਫਾਰਮ ਪੇ ਹਾਜੀ ਸਾਹਿਬ ਕਿਸੀ ਤਾਰਫ ਕੇ ਮੁਹਤਾਜ ਨਹੀਂ ਹੈ ਨੀਲੀ ਰਾਵੀ ਬੈਂਸੋ ਕੀ ਬਾਤ ਹੋ ਹਾਜੀ ਸਾਹਿਬ ਕਾ ਨਾਮ ਨਾ ਆਇਆ ਤੋ ਨੀਲੀ ਰਾਵੀ ਬੈਂਸ ਕੀ ਡੈਫੀਨੇਸ਼ਨ ਵੀ ਕੰਪਲੀਟ ਨਹੀਂ ਹੋ ਸਕਤੀ ਤੋ ਆਜ ਹਮ ਹਾਜੀ ਸਾਹਿਬ ਸੇ ਆਪਕੋ ਮਿਲਵਾਤੇ ਹੈ ਜੀ ਜ਼ਰੂਰੀ ਜ਼ਰੂਰੀ ਜੋ ਇਨਫਾਰਮੇਸ਼ਨ ਹੈ ਵੋ ਵੀ ਪੁੱਛਤੇ ਹੈ ਕਿ ਹਾਜੀ ਸਾਹਿਬ ਕੇ ਪਾਸ ਜੋ ਬਰੀਡ ਹੈ ਹਾਜੀ ਸਾਹਿਬ ਕੇ ਪਾਸ ਜੋ ਨਸਲ ਹੈ ਹਾਜੀ ਸਾਹਿਬ ਕੋ ਕਿਤਨਾ ਅਰਸਾ ਹੋ ਗਿਆ ਇਸ ਰੱਖੇ ਹੋਏ ਔਰ ਹਾਜੀ ਸਾਹਿਬ ਇਨਕੋ ਫੀਡ ਕਿਆ ਦੇ ਰਹੇ ਹੈ ਔਰ ਅਗਰ ਕੋਈ ਬੰਦਾ ਬਰੀਡਿੰਗ ਪੇ ਕਾਮ ਕਰਨਾ ਚਾਹੇ ਤੋ ਉਸਕੋ ਕਿਆ ਕਰਨਾ ਚਾਹੀਏ ਇਹ ਸਾਰੀ ਬਾਤਾਂ ਆਜ ਹਮ ਹਾਜੀ ਸਾਹਿਬ ਸੇ ਡਿਸਕਸ ਕਰਤੇ ਹੈ ਜੀ ਅਸਲਾਮ ਅਲੈਕੁਮ ਹਾਜੀ ਸਾਹਿਬ ਵਾਲੇਕੁਮ ਅਸਲਾਮ ਹਾਜੀ ਸਾਹਿਬ ਥੋੜ੍ਹਾ ਆਪਣਾ ਤਾਰਫ ਕਰਵਾ ਦਿਓ ਜੀ ਹਾਈ ਸ਼ੌਕਰ ਡੋਗਰ ਮੁਲਤਾਨ ਤਾਰਫ ਤਾਂ ਮੇਰਾ ਬੜੇ ਜੀ ਜੀ ਅਤੇ ਜੀ ਕੀ ਜਨਾਬ ਦਾ ਹਾਜੀ ਸਾਹਿਬ ਕਿਤਨਾ ਅਰਸਾ ਹੋ ਗਿਆ ਤੁਹਾਨੂੰ ਇਸ ਸ਼ੌਕ ਮੇਰੇ ਅਸਲ ਤਾਂ ਮੇਰਾ ਸ਼ੌਕ ਨਾ ਪਹਿਲੇ ਜੀ ਜੀ ਮੇਰੇ ਵਾਲਦ ਤੋਂ ਹੈ ਜੀ ਜੀ ਇਹ ਸ਼ੌਕ ਦਾ ਤਾਰਫ ਤਾਂ ਮੈਂ ਉਹ ਪਹਿਲੇ ਵੀ ਦੋਸਤਾਂ ਨੂੰ ਬਿਲਕੁਲ ਤੁਹਾਡਾ ਹੱਕ ਹੈ ਚਲੋ ਪੁੱਛੋ ਜੀ ਜੀ ਪਹਿਲੇ ਤਾਂ ਮੈਂ ਜਿੰਨੇ ਦੋਸਤ ਹੈ ਦੇਖਦੇ ਨੇ ਨੀਲੀ ਔਰ ਰਾਵੀ ਬਾਹਰ ਯੂਰਪ ਹੋ ਗਿਆ ਅਰਬ ਹੋ ਗਿਆ ਜਿੰਨੇ ਦੋਸਤ ਇੰਡੀਆ ਹੋ ਗਿਆ ਜਿੰਨੇ ਦੋਸਤ ਦੇਖ ਰਹੇ ਨੇ ਸਭ ਨੂੰ ਮੇਰੀ ਤਰਫੋਂ ਸਲਾਮ ਪੇਸ਼ ਕਰਦਾ ਦੂਸਰੀ ਗੱਲ ਰਹੀ ਤੁਸੀਂ ਪੁੱਛਿਆ ਵੀ ਇਹ ਕਿੰਨੀ ਦੇਰ ਤੋਂ ਸ਼ੌਕ ਹੈ ਇਹ ਅਸਲ ਤਾਂ ਮੇਰੇ ਵਾਲਦ ਨੂੰ ਸ਼ੌਕ ਥਾ ਮੈਨੂੰ ਵਿਰਾਸਤ 'ਚ ਮਿਲਿਆ ਇਹ ਵਿਰਾਸਤ 'ਚ ਉਸ ਟਾਈਮ ਜਿਵੇਂ ਬਜ਼ੁਰਗਾਂ ਦੇ ਪੁਰਾਣੇ ਦੌਰ ਦੇ ਉਹ ਮੱਝਾਂ ਅੱਜ ਦੇ ਅੱਜ ਕਿਤੇ ਉਹ ਮੱਝਾਂ ਆਉਂਦੀਆਂ ਜਾਂ ਜਿਹੜੇ ਜਾਨਵਰ ਮੇਰੇ ਬਜ਼ੁਰਗਾਂ ਕੋਲ ਥੇ ਉਹ ਬੜੇ ਲਾਜਵਾਬ ਕਮਾਲ ਥੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਮੈਨੂੰ ਇਹ ਵਿਰਾਸਤ ਜਦੋਂ ਮਿਲੀ ਹੈ ਨਾ ਇਹ ਚੀਜ਼ ਫਿਰ ਉਹ ਮੈਂ ਜ਼ਰਾ ਆਪ ਯਾਦਾਂ ਮੁਕਾਬਲਿਆਂ 'ਚ ਉਹ ਪਹਿਲਾ ਮੁਕਾਬਲਾ ਅੱਜ ਤੋਂ ਕਮ ਸੇ ਕਮ 20-22-25 ਸਾਲ ਪਹਿਲੇ ਮੁਕਾਬਲੇ ਹੋਏ ਉਹ ਸਾਡੇ ਲਾਸਟ ਸਟਾਕ ਮੁਲਤਾਨ ਜ਼ਿਲ੍ਹੇ ਨੇ ਕਰਵਾਏ ਜ਼ਿਲ੍ਹੇ ਲੈਵਲ 'ਤੇ ਅਤੇ ਕੋਈ ਕਮ ਸੇ ਕਮ 2009 ਤੱਕ ਕਰਵਾਉਂਦੇ ਰਹੇ ਨੇ ਜ਼ਿਲ੍ਹਾ ਮੁਲਤਾਨ ਉਹਦੇ 'ਚ ਜਾਨਵਰ ਲੈ ਕੇ ਜਾਂਦੇ ਰਹੇ ਹਾਂ ਅਲਹਮਦੁਲਿਲਾ ਬੜੀ ਦਫ਼ਾ ਅੱਲਾ ਨੇ ਬੜੀ ਇੱਜ਼ਤ ਔਰ ਮੈਨੂੰ ਫਤਿਹ ਦਿੰਦਾ ਰਿਹਾ ਮੇਰਾ ਮਾਲਕ ਇਹ ਸਭ ਕੁਝ ਇੱਜ਼ਤ ਜ਼ਿਲ੍ਹਤ ਹੈ ਮਾਲਕ ਦੇ ਹੱਥ 'ਚ ਸਭ ਕੁਛ ਅਗਰ ਇਹ ਮਕਾਮ ਜਾਂ ਇੱਜ਼ਤ ਜਾਂ ਸ਼ੋਹਰਤ ਇਹ ਅੱਲਾ ਦੀ ਤਰਫੋਂ ਆਉਂਦੀ ਹੈ ਰਹੀ ਮੇਰੇ ਬਜ਼ੁਰਗਾਂ ਤੋਂ ਥਾ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲੇ ਕੰਮ ਇਹੋ ਹੀ ਕੀਤਾ ਹੈ ਬਈ ਬਰੀਡ 'ਤੇ ਚੰਗੀ ਤੋਂ ਚੰਗੀ ਮੱਝ ਮੈਂ ਲੈ ਕੇ ਆਉਂਦਾ ਰਿਹਾ ਪੂਰੇ ਪਾਕਿਸਤਾਨ ਦੇ ਸਾਡੇ ਸ਼ੌਕੀਨ ਜਾਣਦੇ ਨੇ ਮੈਂ ਨੀਲੀ ਤੋਂ ਰਾਵੀ ਤੋਂ ਹਰ ਜਗ੍ਹਾ ਤੋਂ ਸਭ ਤੋਂ ਬੜੀ ਚੰਗੀ ਮੱਝ ਅੱਜ ਦੇ ਦੌਰ 'ਚ ਚੰਗੀ ਮੱਝ ਘਰ ਦੀ ਪੈਦਾ ਹੋ ਸਕਦੀ ਹੈ ਦੇਖੋ ਨਾ ਜਿਹਦੇ ਰਿਕਾਰਡ ਦਾ ਹੀ ਕੋਈ ਪਤਾ ਨਹੀਂ ਨਾ ਮਾਂ ਦਾ ਪਤਾ ਹੈ ਨਾ ਪਿਓ ਦਾ ਪਤਾ ਹੈ ਉਹ ਕਦੋਂ ਸ਼ੈ ਚੰਗੀ ਨਿਕਲਣੀ ਹੈ ਕਦੇ ਮੱਝ ਚੰਗੀ ਨਹੀਂ ਹੋ ਸਕਦੀ ਸਾਡੇ ਆਮ ਦੋਸਤ ਕੇ ਆਮ ਬੇਸ਼ੁਮਾਰ ਬੰਦੇ ਇੰਝ ਕਰਦੇ ਨੇ ਕਿ ਇਹ ਜੀ ਅਸੀਂ ਮੱਝ ਹੇਠ ਚਾਹੀਏ ਜੋਟਾ ਫਲਾਣੀ ਜਗ੍ਹਾ 'ਚੋਂ ਲੈ ਲਿਆ ਉਹ ਬਈ ਸਾਡੇ ਗੋਰਾ ਤੁਹਾਨੂੰ ਪਤਾ ਅੰਗਰੇਜ਼ ਅੱਜ ਤੁਸੀਂ ਜਿੰਨੀਆਂ ਗਾਵਾਂ ਬਾਹਰ ਗੀਰ ਆ ਗਈ ਵਲੈਤੀ ਹੋ ਗਈਆਂ ਬ੍ਰਹਿਮਣ ਹੋ ਗਈਆਂ ਜਿੰਨੀਆਂ ਵੀ ਨਸਲਾਂ ਹੈ ਅੱਜ ਐਡੇ ਐਡੇ ਮਹਿੰਗੇ ਸੀਮਨ ਕਿਉਂ ਲੈਂਦੇ ਹੋ ਉਹਨਾਂ ਦੀ ਮਿਹਨਤ ਹੈ ਉਹ ਗੋਰੇ ਨੇ ਐਡੀ ਮਿਹਨਤ ਕੀਤੀ ਹੈ ਬਈ ਜਿਹਦੇ ਮਾਂ ਦੇ ਰਿਕਾਰਡ ਦਾ ਪਤਾ ਹੈ ਉਹਦੀ ਦਾਦੀ ਦਾ ਪਤਾ ਹੈ ਨਾਨੀ ਦਾ ਪਤਾ ਹੈ ਪੂਰੇ ਰਿਕਾਰਡ ਦਾ ਪਤਾ ਹੈ ਜਦੋਂ ਜਾ ਕੇ ਉਹ ਪ੍ਰੂਵਨ ਅਟੈਕ ਲਾਉਂਦੇ ਨੇ ਸਾਡੇ ਦੋਸਤਾਂ ਦਾ ਹੱਕ ਹੈ ਇਹ ਮਿਹਨਤ ਕਰਨ ਦੇ ਇੱਕ ਮਿਹਨਤ ਕਰਨ ਨਾਲ ਦੇਖੋ ਜੋਟਾ ਚੰਗਾ ਹੋਵੇ ਮੱਝ ਚੰਗੀ ਹੋਵੇ ਬਰੀਡ ਬਿਲਕੁਲ ਚੰਗੀ ਬਣਦੀ ਹੈ ਅੱਜ ਸਰ ਇੱਥੇ ਕੁਐਸਚਨ ਹੈ ਜੀ ਕਿ ਤੁਸੀਂ ਕੀ ਸਮਝਦੇ ਹੋ ਬਰੀਡ ਦਾ ਜਾਂ ਨਸਲ ਦਾ ਜ਼ਿਆਦਾ ਅਨੁਸਾਰ ਮਾਂ 'ਤੇ ਜਾਂ ਪਿਓ 'ਤੇ ਜ਼ਿਆਦਾ ਜਿਹੜਾ ਹੈ ਨਾ ਪਿਓ 'ਤੇ ਤੁਸੀਂ ਗੱਲ ਕੀਤੀ ਹੈ ਪਿਓ 'ਤੇ ਮਾਂ ਮੈਂ ਤਾਂ ਇਹ ਸਮਝਦਾ ਪਿਓ ਵੀ ਚੰਗਾ ਹੋਵੇ ਮਾਂ ਵੀ ਚੰਗੀ ਹੋਵੇ ਇਸ ਤਰ੍ਹਾਂ ਉਹਦੇ 'ਚ ਇੱਕ ਗੱਲ ਹੁਣ ਕਈ ਦੋਸਤਾਂ ਨੇ ਇੰਝ ਕੀਤਾ ਮਸਲਨ ਇੱਕ ਜੋਟਾ ਚੰਗਾ ਲੈ ਲਿਆ
या झोटा उनको चंगा है, अगर मझा ही चंगी ना हो झोटा एक ही करेगा वो 50 ले जाएगा है में ना, होर की करेगा भाई जान। दोवें चीज़ा मझ भी चंगी होवे झोटा भी चंगा होवे, अगर तुसी बरीड तैयार करनी है घर दियाँ मझा जिहो जिहा साडे दोस्त चाहते ने इकबाल एक उपर हटा जिहो जे साडे दोस्त चाहते ने इत्थे ही ला लो, जिहो जे साडे दोस्त चाहते ने भी इस तरह दियाँ मझा पैदा होन ते फिर वो भाई जी घर की मझ चो चंगी मझ तो चंगे झोटे चो ही पैदा हो सकती है। इस फार्म का कितना रिकॉर्ड रहा है? रिकॉर्ड बड़े अलहमदुल्ला बड़ा पता कि ज़्यादा ज़्यादा जी मेरी माई दूध किया 2002 ना मसलन वह 34 किलो है, होर भी इस तरह ये करीब बड़िया मझा के दुध हो रहे सारे दोस्तों को पता मुकाबल भी जाते रहे मुकाबल जिमें मसलन हूँ 36 घंटे का रिकॉर्ड है हीनो माई का 47 किलो 239 ग्राम इस तरह करके वो रिकॉर्ड है। बहरहाल अलहमदुल्ला बेशुमार अलहमदुल्ला इन्हों इश्क किया है भाई जी, मैं एक कोई कारोबार के लिहाज नाल नहीं ये कीता था। अच्छा। अलहमदुल्ला मैं तो इन्हों का जनूनी तो खुद मैं इन्हों का मुहब्बत एडी रखने वाला था ना भाई ए पक अज पाकिस्तान नू इनकलाब लेके आया डोगर कैटल फार्म ए गल तुसी मनदे हो? जी जी मनदे है, ए तो मनदे हो ना, अज इनकलाब मझां दी इज्जत पुआ दित्ती है। पहले लोग मेरे तो एक फतवा था भाई यार नीली तो महंगे पैसे ज्यादा ला आया ये पैसे ज्यादा ला आया मेरे बचपन की, अज अलहमदुल्ला अल्लाह पाक ने यह कराया मेरा जरा जनून तो मेरा ये मुहब्बत थी अज पाकिस्तान से दस दिता जानवर मझा की इज्जत पुआ दी है मझा की झोटिया की अलहमदुल्ला अज मेरे ख्याल बेशुमार साढ़े अफसरान साढ़े बेशुमार अफसरान इस काम च आ गए ने बई ये उन्होंने जनून शौक पैदा हो गया ये भाई ब्रीडिंग दे ए भाई जी रिज के हलाल है ये अंबिया का शेवा है कोई जानवर रखना कोई इंज नहीं देखो ना ए वो चीज़ है अल्लाह पाक ने बनाया तुसी इनू तूड़ी खवांदे हो पट्ठे खवांदे हो ते अल्लाह दा निज़ाम देखो दुध अल्लाह ने पैदा कर दिता इस तो वड्डा की मकाम होना है ये तो भाई जी रखना चाहिए जानवर जिमीदारा की पछाण ही जानवर ने आई साहब यह दसो कि पूरे पाकिस्तान मझा खरीदिया ने जी बड़िया ने तो कि इलाके की मझ तुम समझते हो कि अच्छी होंगी जी मझ नीली की बहुत नीली की देखो ना इस टाइम पूरे पाकिस्तान नीली की मझ मशहूर थी जी जी तो जेडे इलाकों की गल रही ना हूँ काफ़ी जिले योजे जानवर देखे ने वो पिछलिया भुल गए भी उस तो चंगा नहीं वेख्या। अच्छा इस तरह के भी निज़ाम रहे ने मसलन जिमें हूँ डेरा गाजी खां है जी जी। मैं जामपुर गया डेरा समील खां गया बल काफ़ी जिले जाके देखा ऐसा ऐसा जानवर देखा वो बई उद नाल पिछले सारिया भुल गए ये अल्लाह की कुदरत है मेरा अल्लाह जिथे पैदा कर दे जानवर बहरहाल अलहमदुल्ला जी इस टाइम अल्लाह ने नीली नू भाग ते रावी नू लाया ना वो अपने पाकिस्तान च इस टाइम नीली रावी बहुत ज़्यादा अल्लाह ने उन्होंने शान दी है। नहीं आई साहब तुसी थोड़े को नीली दे भी जानवर आए जी रावी दे भी तुसी शो कीता उसी जी और नीली रावी क्रास भी कीता है जी जी क्रास भी किस दे हक में ज्यादा वोट दोगे मैं प्योर नीली या क्रास नीली रावी जेडी प्योर नीली है ना जी जी वो एक जानवर बड़े पुराने असी देखते रहे हैं भाई नीली दे जानवर जी जी पुराने जेडी रावी है ना असल ये साढ़े जेडे नवे आ पैदा हुए ने ना शौकीन जेडे पुराने बंदे ने ना वो तो गल नहीं करनगे नवे बंदे ही गल करते ने असल नीली वाले या रावी वाले पहले की था नीली वाले नाल तलक था रावी वाले दा झोटे रावी वाले लै आते थे नीली वाले कोलों नीली रावी वाले दोस्तों तो नीली वाले लैके जाते थे हूँ बेशुमार मैं इस तरह के बंदे वेखे ने जेडे नीली वाले झोटे रावी तो फिरते ने वो ब्रीड नीली तो रावी दोवें भैणा ने ठीक है ना इन्हों का कोई 19-20 का फर्क है बाकी नीली तो रावी इको ही कुछ है। अच्छा मतलब तकरीबन मिक्स हो चुके हैं जी मिक्स बिल्कुल। अच्छा तो फिर तुसी रावी दी मझ जिहड़ी है प्योर ऐ भी रखी होनी है जी रखी है जी रखी है रावी ते नीली विच फर्क की है? बड़ा फर्क है जे अगर फर्क वाली गल करदे हो है तो भैणा जी जी तुसी गल करदे हो भी तुसी रावी दी भी रखी है जे सही मैंने रावी दी मझ पुछदे हो ना जी जी वो मैं एक गल कीता है लोग बेशुमार फर्क कढ़दे ने फर्क नहीं नीली दी मझ दा या रावी दा ये तुहानू पहले दस्या दोनों भैणा ने कोई 19-20 का फर्क आ सकता है नीली भी पाकिस्तान च मशहूर है पूरी दुनिया
रावी भी मशहूर है, इन्हें कोई नहीं ऐडा फर्क। नहीं साहब मैं पूछना चाहता कि कुछ दोस्त आते हैं कि रावी की मत जी दो तीन महीने दुध दें उस बाद। नहीं ये गलत जो बंद कहते हैं ना, बिल्कुल गलत कहते हैं। जी रावी की मझ है ना, रावी की मझ आ, मैं डेढ़ डेढ़ साल दुध पीता है। अच्छा असी डेढ़ डेढ़ साल, और मशीन बंद कराओ बी डेढ़ डेढ़ साल। ये गलत कहते हैं भी दो महीने तीन महीने, नहीं ये किसी को फिर वो कोई जिमें कोई भी एक ना नीली है ना रावी है, कोई इस तरह की हथे आई है। हाजी साहब हाजी सईद हसन हुसैना साहब का ना इंटरव्यू चल रहा साड़ी यूट्यूब चैनल पर भी जी, उन्होंने भी इस गल उत्ते अपना इतफाक किया कि लम्मा दुध नीली की मझ दी जी जी जी, रावी लम्मा दुध नहीं दी। नहीं नहीं गल तुसी गल की भी दो महीनों की, तुसी की गल की भी दो या तीन महीनों की, यह गल नहीं। नीली की मझ कोई शक नहीं लंबा दूध दिंदी है, तो जी रावी दी है ना, मैं तुम्हें दस्या कोई 19-20 का फर्क है। बाकी रावी कोई एडी भैड़ी जानवर नहीं, रावी दे बहुत अच्छे जानवर ने। रही नीली की गल, नीली की बाकी वो हाई साहब की गल ठीक है, बड़ा लंबा दूध पिलांदियां ने ते बड़िया मिठिया होंदियां ने, कदे वो तंग नहीं कर दिया सो उत्ते हत्ता के एक दो महीने नसाणियां पैंदियां ने। हाँ हाई साहब एक क्वेश्चन थोड़े जी कि थोड़े फार्म तो इतने 15-15 लाख दे कट्टे सेल हो जी जी, इसे फार्म तो 4-4 लाख दे भी कट्टे सेल हो जी जी, की वजह है? हुण एक मैं एस जेड़ा सवाल किया अगे पिछले दिन च भी एक बंदे यही गल की थी जी जी, वो यूट्यूब वाले जी जी, जेड़ा 15 लाख वाला है या 4 लाख वाला नाल नहीं मिलता भाईजान, जेड़ी 15-15 दे उन्होंने मावां 30 तो उत्ते दूध कर दियां रहियां ने। अच्छा एक जानवर 30 लीटर करे एक दो में 24 घंटे का, एक जानवर करे 12 लीटर जी जी, हुण बराबर ते नहीं हो सकदे। अच्छा अच्छा मतलब ये कि जिहड़े 12 लीटर ओ दा बड़ा फर्क है उन्हां दे बच्चे जी, वो फिर एवें जी एक मैं मिसाल दे रहा। अच्छा जनाब नूं एक 15 लाख का बच्चा हुण सरदार सिकंदर याद मेकन साहब 15 लाख का लै गए ने, मां 30 लीटर तो उत्ते कर दी है, 31 लाख की यदि मां गई है, यदि धी गई है, यह मां है, तो एक गल दसो ये मां 30 तो उत्ते दुध करती रही है, राजा साकब साहब लै गए ने, इस तरह करके भाई जी जी मझ 30 लीटर दुध कर दी है वो बच्चे 15 देने। अच्छा। हूँ एक बच्चा 2 या 4 या लख का तो वो नाल तो नहीं मुकाबला कर सकता ना, बड़ा फर्क है। अच्छा अच्छा जो लोग थोड़े को दो दो तीन तीन लाख के बच्चे लेके गए फिर ऐलान कर रहे हैं कि अभी सीमन प्रोडक्शन यूनिट बनाना है, उन्होंने बारे तुम की कहोगे हल्का जी? हूँ वो मैं बिल्कुल दसना हूँ पता कि किसी को रोक तो सकते नहीं जी जी, एवें ना जो लख का लैके गया वो भी लैके गया, हूँ एक 15 लाख का लैके गया वो भी लैके गया। अगले दिन एक दोस्त ने यही सवाल किया मैनू भी जे 15-15 लाख के कट्टे लैके गए हैं हाई साहब सीमन बना, मैं क्या जरूर बना, उन्होंने हक बनता है, पैसे भी उन्होंने दिते ने। दूसरी गल आ उन्हों मावं बहुत हाई लैवल क्वालिटी दझा थी। एक गल होर याद रखना जिहड़ा 30 लीटर कह रहे हैं ये साढ़े शौकीनों को पुछो, 30 लीटर हर मज दुध नहीं दिंदी भाईजान, कोई सौवां दे विचों एक मज हुंदी है, हज़ारां चों एक मज हुंदी है, हज़ारां चों। तो जिहड़े भाई जी 15 लाख रुपया भर के गए ने उन्होंने हुण सरदार साहब नूं पूरे रिकॉर्ड का पता मझां दा, राणी का पता, बल्ली का पता, मस्तानी का, हीनो का, प्यारी का, भाग का, उन्हें पूरियां मझां का पता है। तो इस तरह करके भाई जी वो जिहड़ियां मझां रिकॉर्ड है उन्होंने सीमन बढ़न कोई इतराज़ नहीं, अच्छी गल है पाकिस्तान अच्छी नस्ल पैदा होवे। देखो बाहरों असी इंजैक्शन मंगवाने हैं ना, डोजा मंगवा रहे हैं तो वह भी तो अच्छी करके इस क्वालिटी करके मंगवा रहे हैं ना। अगर पाकिस्तान एक जानवर 30 लीटर का बच्चा है 30 लीटर वाली मझ का तो वह सीमन बनन। रही तुहाड़ा सवाल हुण जिहड़े कोई लख लैके या दो ले वो सीमन बना, मैं रोक तो सकता नहीं, ते ओ पाकिस्तान दे आवाम आप वेखे आवाम नु तुसी की मशवरा देवोगे कि लख दो लख ले? मैं कदे नहीं मशवरा, 12 लीटर वाली भाई नहीं कदे, जदों शौक ही करना है मेहनत ही करनी है 3 साल भाई जी। अज दा जेड़े महंगाई दा दौर है देखो रिज़्क हलाल है, हर इंसान नु शौक करना चाहिए, हर इंसान कोल एक दो मझां ते हुंदियां ही ने। रही तुहाडा सीमन वाली गल भाई जी, एक बच्चा 15 का है एक लख दो है तो भाई जी आसमान जमीन का फर्क है, मैं कतन नहीं दवांगा यह मशवरा दवांगा। मैं तो पहले दिन तो आप खुद क्वालिटी च रहा, तुम एक अंदाज़ा करो जदों मैं लेके आता था मेरे पुराने दोस्त पूरी नीली रावी तो तस्दीक करो, मैं उस टाइम भी मेरा यही पोजिशन थी, मैं जो 30,000 का रेट था मझ का तो मैं उस टाइम 4-4 लाख की जाके मझ ली, 4 लाख बड़ा उस टाइम पता लगता था। मेरा अज भी उही मशवरा है जदों मैं क्वालिटी दें, मैं तो ये कहूँगा जदों सीमन अगर करना है तैयार कम से कम एक किसान ने हज़ारा मझा पैदा कर देनिया ने अच्छिया या हज़ारा बर्बाद कर देना है, बर्बाद होने तो बचन अच्छी नस्ल पैदा करन।
ਤੇ ਹਾਜੀ ਸਾਹਿਬ ਤੁਸੀਂ ਗਵਰਨਮੈਂਟ ਪ੍ਰੋਜੈਕਟਸ ਦੇ ਵਿੱਚ ਕੋਈ ਹਿੱਸਾ ਲੈਂਦੇ ਹੋ ਜਿਸ ਤਰ੍ਹਾਂ ਗਵਰਨਮੈਂਟ ਦੇ ਸੀਮਨ ਪ੍ਰੋਡਕਸ਼ਨ ਯੂਨਿਟਸ ਹਨ ਜੀ ਉਹਨੂੰ ਤੁਸੀਂ ਬੋਲਣੇ ਆ ਉਹ ਕਿਉਂ ਨਹੀਂ ਰਿਨੋਟ ਕਰਦੇ ਤੁਸੀਂ ਕਰਦੇ ਆ ਸਰ ਉਹ ਕਰਦੇ ਆ ਉਹਦੇ ਬਾਰੇ ਮਸ਼ਵਰਾ ਹੁਣ ਇਨਸ਼ਾਅੱਲਾ ਕਰਦੇ ਆ ਆਪਣਾ ਕੋਈ ਫਿਊਚਰ ਹੈ ਸੀਮਨ ਪ੍ਰੋਡਕਸ਼ਨ ਯੂਨਿਟ ਹਾਂ ਇਨਸ਼ਾਅੱਲਾ ਮੈਂ ਐਲਾਨ ਐਵੇਂ ਹੀ ਮੈਂ ਬਿਲਕੁਲ ਪਤਾ ਕੀ ਕੋਈ ਸ਼ੱਕ ਨਹੀਂ ਮੈਂ ਕਹਿੰਦਾ ਰਿਹਾ ਮੈਂ ਇਹ ਵੇਖੋ ਸਾਨ ਮੇਰਾ ਇਹ ਇਹ ਮੇਰਾ ਇੱਕ ਦੋਸਤ ਮੱਝ ਲੈ ਗਿਆ ਸਾ ਸਾਹੀਵਾਲ ਮੈਂ ਉਹਦੇ ਕੋਲ ਵਾਪਸ ਲੈ ਕੇ ਆਇਆ ਬਾਦਲ ਇਹ ਨਾ ਦੂਸਰਾ ਬਾਦਲ ਦਾ ਭਾਈ ਹੈ ਪਿਓ ਵੱਲੋਂ ਅਤੇ ਇਹ ਲੈ ਕੇ ਆਇਆ ਮੇਰੇ ਜਿਹੜੇ ਕੋਈ ਦੋ ਚਾਰ ਸਾਨ ਹੈ ਜਿਹੜੇ ਮੇਰੀ ਮੈਂ ਰਖਾਏ ਹੋਏ ਨੇ ਸਾਈਡਾਂ 'ਤੇ ਮੈਂ ਉਹਨਾਂ ਨੂੰ ਇਕੱਠੇ ਕਰਕੇ ਇਨਸ਼ਾਅੱਲਾ ਅਨ ਕਰੀਬ ਹੈ ਮੈਂ ਪਹਿਲੇ ਵੀ ਦੱਸਿਆ ਅੱਜ ਵੀ ਦੱਸ ਰਿਹਾ ਇਨਸ਼ਾਅੱਲਾ ਅੱਲਾ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਬਾਈ ਜਾਨ ਇਹ ਰਿਜ਼ਕ ਹਲਾਲ ਹੈ ਮੇਰਾ ਬੇਸਿਕਲੀ ਜ਼ਿੰਮੇਦਾਰਾ ਹੈ ਸਭ ਪਾਕਿਸਤਾਨ ਜਾਣਦੇ ਨੇ ਸਾਡਾ ਪ੍ਰਾਪਰਟੀ ਦਾ ਕਲੋਨੀਆ ਬਣਾਉਣਾ ਪਰ ਜਿਹੜਾ ਇਹ ਰਿਜ਼ਕ ਹਲਾਲ 'ਚ ਕੋਈ ਬੇਦਿਆਨਤੀ ਨਹੀਂ ਕੀਤੀ ਦਿਆਨਤਦਾਰੀ ਨਾਲ ਸ਼ੌਕ ਕੀਤਾ ਦਿਆਨਤਦਾਰੀ ਨਾਲ ਇਨਕਲਾਬ ਅੱਜ ਇੱਜ਼ਤ ਅੱਲਾ ਦੇਣਾ ਅੱਲਾ ਕੁਝ ਗੱਲ ਹੈ ਅਤੇ ਅੱਲਾ ਪਾਕ ਨੇ ਇਹ ਮਿਹਰਬਾਨੀਆਂ ਕੀਤੀਆਂ ਨੇ ਕਹਿੰਦੇ ਨੇ ਨਾ 15 ਲੱਖ ਰੁਪਏ ਬਾਈ ਜੀ ਐਵੇਂ ਨਹੀਂ ਦੇ ਕੇ ਗਏ ਕੋਈ ਚੀਜ਼ ਹਾਜੀ ਸਾਹਿਬ ਜਿਹੜਾ ਤੁਸੀਂ ਸੀਮਨ ਪ੍ਰੋਡਕਸ਼ਨ ਯੂਨਿਟ ਦਾ ਐਲਾਨ ਕਰਨ ਜਾ ਰਹੇ ਹੋ ਜੀ ਉਹਦਾ ਤੁਹਾਡਾ ਕੀ ਟਾਰਗੇਟ ਹੈ ਕੀ ਪਲਾਨ ਹੈ ਕਿ ਉਹ ਆਇਆ ਕਿ 20 ਲੀਟਰ 25 ਲੀਟਰ ਤੋਂ ਉੱਤੇ ਉੱਤੇ ਨਹੀਂ ਨਹੀਂ ਜੇ ਬਾਈ ਜੀ 20 ਮੈਂ ਤੇ ਹੱਕ 'ਚ ਨਹੀਂ ਇਸ ਮੈਂ ਤਾਂ 20L ਦੀ ਵੀ ਹੱਕ 'ਚ ਨਹੀਂ ਅਗਰ ਸੀਮਨ ਦੇਣਾ ਹੈ ਨਾ ਮਜ਼ਾ ਹੈ ਹਰ ਘਰ ਪਹਿਲਣ ਜੋਟੀ 20 ਲੀਟਰ ਦੁੱਧ ਦੇਵੇ ਪਹਿਲਣ ਮੱਝ ਨਹੀਂ ਮਤਲਬ ਮੇਰੇ ਪੁੱਛਣ ਦਾ ਹਾਜੀ ਸਾਹਿਬ ਕੁਐਸਚਨ ਹੈ ਕਿ ਜਿਹੜਾ ਤੁਸੀਂ ਬੁੱਲ ਸਿਲੈਕਟ ਕਰਨੇ ਹਾਂ ਹਾਂ ਮੈਂ 30 ਲੀਟਰ ਤੋਂ ਉੱਤੇ ਵਾਲੀ ਮੱਝ ਦੇ ਕਰਨੇ ਨੇ ਮੇਰੀ ਜਿਹੜਾ ਮੇਰੇ ਕੋਲ ਬੁੱਲ ਨੇ ਇਸ ਟਾਈਮ ਇਸ ਟਾਈਮ ਮੇਰੇ ਕੋਲ 5 ਬੱਚੇ ਨੇ ਪੰਜ ਸਾਨ 2 ਹੀਨੋ ਦੇ ਪੁੱਤਰ ਨੇ ਅੱਛਾ ਉਹ ਪਾਕਿਸਤਾਨ ਪੂਰੇ ਨੂੰ ਪਤਾ ਹੈ ਵੀ 30 ਲੀਟਰ ਤੋਂ ਉੱਤੇ ਮੱਝ ਦੁੱਧ ਕੀਤਾ ਹੈ ਜੀ ਜੀ ਉਹ ਸਾਰੇ ਦੋਸਤਾਂ ਸਾਡੇ ਸਭ ਨੂੰ ਜਾਣਦੇ ਨੇ ਜੀ ਜੀ ਉਹ ਹੀਨੋ ਦਾ ਪੁੱਤਰ ਹੈ 2019 'ਚ ਹੀਨੋ ਦੀ ਧੀ ਪੱਤੋ ਕੀ ਗਈ ਹੈ ਇੱਕ ਉਹਦਾ ਪੁੱਤਰ ਹੈ ਜੀ ਜੀ ਇਸ ਤੋਂ ਵੱਡੀ ਪਛਾਣ ਕੀ ਹੈ ਉਹ ਉਹਨਾਂ ਜਾਨਵ ਉਹਨਾਂ ਮੱਝਾਂ ਦੇ ਨੇ ਉਹਨਾਂ ਝੋਟਿਆਂ ਦੇ ਨੇ ਜਿਹੜਿਆਂ ਨੂੰ ਪਾਕਿਸਤਾਨ ਪੂਰਾ ਜਾਣਦਾ ਹੈ ਇਹ ਮੱਝ ਮੇਰੇ ਭੋਲੀ ਇਹ ਆਪਣਾ ਭੋਲੀ ਦਾ ਪੁੱਤਰ ਹੈ ਇਹ ਵੀ 30 ਲੀਟਰ ਤੋਂ ਉੱਤੇ ਲਈਏ ਇਨਸ਼ਾਅੱਲਾ ਜਿੱਦਣ ਸੀਮਨ ਦਾ ਕੀਤਾ 30 ਲੀਟਰ ਤੋਂ ਥੱਲੇ ਨਹੀਂ ਕਰਾਂਗਾ ਮੈਂ ਵਾਅਦਾ ਕਰਦਾ ਅਗਰ ਪਾਕਿਸਤਾਨ 'ਚ ਇਹ ਅਲਹਮਦੁਲਿਲਾ ਅੱਲਾ ਨੇ ਮੇਰੇ ਕੋਲ ਇਹ ਜਾਨਵਰ ਪੈਦਾ ਕੀਤੇ ਨੇ ਅੱਜ ਤੁਸੀਂ ਸੱਚੀ ਗੱਲ ਤੁਸੀਂ ਦੱਸੋ ਇੱਥੇ ਆਇਓ ਤੁਸੀਂ ਪਹਿਲੇ ਫਿਰਦੇ ਰਹੇ ਹੋ ਹਰ ਜਗ੍ਹਾ ਜਾਨਵਰ ਦੇਖੇ ਨੇ ਜੀ ਹਾਂ ਸਾਹਿਬ ਕੋਈ ਇੱਥੋਂ ਦਾ ਤੇ ਕੋਈ ਫਰਕ ਹੈ ਜਾਂ ਸਾਹਿਬ ਬਹੁਤ ਫਰਕ ਹੈ ਤੁਹਾਡੀ ਮਿਹਨਤ ਜਿਹੜੀ ਹੈ ਨਾ ਮਿਹਨਤ ਨਜ਼ਰ ਆਈ ਹੈ ਨਜ਼ਰ ਆਈ ਹੈ ਉਹਦੇ ਵਿੱਚ ਇਤਨੀ ਉਹ ਕੁਆਲਿਟੀ ਨਜ਼ਰ ਨਹੀਂ ਆਉਂਦੀ ਜਿੰਨੀ ਲਾਈਵ ਵੇਖ ਕੇ ਆਉਂਦੀ ਅੱਛਾ ਚਲੋ ਲਾਈਵ ਤੁਸੀਂ ਦੇਖਿਆ ਨਾ ਹੁਣ ਤੁਹਾਨੂੰ ਨਜ਼ਰ ਆਈ ਹੈ ਨਾ ਇਨਸ਼ਾਅੱਲਾ ਜਦੋਂ ਪਾਕਿਸਤਾਨ 'ਚ ਸੀਮਨ ਦਾ ਐਲਾਨ ਅਨ ਕਰੀਬ ਕਰਦਾ ਤਾਂ 30 ਲੀਟਰ ਤੋਂ ਉੱਤੇ ਲਈਆਂ ਆਉਣਗੀਆਂ ਮੱਝਾਂ ਮੈਂ ਵਾਅਦਾ ਕਰ ਰਿਹਾ ਹੁਣ ਦੂਸਰੇ ਨਹੀਂ ਬੁੱਲ ਕਰਾਂਗਾ ਜਦੋਂ ਕਰਨਾ ਹੈ ਫਿਰ ਹਰ ਬੂਹੇ 'ਤੇ 20 ਲੀਟਰ ਵਾਲੀ ਮੱਝ ਪੈਦਾ ਹੋਵੇ ਸਾਡੇ ਪਾਕਿਸਤਾਨ ਦੇਖੋ ਨਾ 3-4 ਸਾਲ ਮੱਝ ਨੂੰ ਜੋਟੀ ਨੂੰ ਪਾਲਣਾ ਹੈ ਪੱਠੇ ਪਾਉਣੇ ਨੇ ਉਹਨੂੰ ਵੰਡਾ ਪਾਉਣਾ ਹੈ ਉਹਦੇ 'ਤੇ ਦਿਨ ਰਾਤ ਲਾਉਣਾ ਹੈ ਮਿਹਨਤ ਕਰਨੀ ਹੈ ਇੱਕ ਬੰਦਾ ਮਿਹਨਤ ਕਰਕੇ ਉਹ ਦੇਵੇ 4 ਕਿਲੋ ਟਾਈਮ ਦਾ ਤਾਂ ਬਾਈ ਜੀ ਫਿਰ ਕੀ ਮਿਹਨਤ ਦਾ ਆਇਆ ਅੱਲਾ ਦਾ ਵੀ ਦੇਣਦਾਰ ਕਿਤਨੇ ਇਨਸਾਨਾਂ ਦਾ ਵੀ ਦੇਣਦਾਰ ਹੈ ਬੰਦਾ ਅੱਲਾ ਦਾ ਖੁਦਾ ਦਾ ਵੀ ਦੇਣਦਾਰ ਹੈ ਕਿਤਨੇ ਟਾਈਮ ਤੱਕ ਇਹ ਅਨ ਕਰੀਬ ਜਲਦ ਤੁਹਾਨੂੰ ਖੁਸ਼ਖਬਰੀ ਦਿੰਦਾ ਤੁਸੀਂ ਤਾਂ ਮੈਨੂੰ ਬਾਰ ਬਾਰ ਇਹਦੇ ਬਾਰੇ ਫੋਨ ਕੀਤੀ ਰੱਖੇ ਨੇ ਮੈਂ ਜਲਦ ਤੋਂ ਜਲਦ ਇਹ ਵੇਖੋ ਹੈ ਮਸਤਾਨੀ ਮਾਜ ਦਾ ਪੁੱਤਰ ਹੈ ਮਸਤਾਨੀ ਮਾਜ ਦਾ ਪੁੱਤਰ ਅੱਛਾ ਹੋਰ ਕੱਟੇ ਇੱਕ ਦੋਸਤ ਕੋਲ ਖੜਾਏ ਇੱਕ ਸਾਈਡ ਤੇ ਮੇਰਾ ਦੋਸਤ ਹੈ ਚੌਧਰੀ ਤਹਿਰ ਗੁੱਜਰ ਸਾਹਿਬ ਮਲਕ ਅਸਲਮ ਕੁਕਾਰਾ ਸਾਹਿਬ ਉਹ ਉਹਨਾਂ ਦੇ ਫਾਰਮ 'ਤੇ ਵੀ 4 ਬੱਚੇ ਨਾ ਉਹਨਾਂ ਫਾਰਮ ਇੱਥੇ ਕੀ ਕਰੀਏ ਫਿਰ ਹੁਣ ਉਹ ਅਤੇ ਉਹ ਇਨਸ਼ਾਅੱਲਾ ਪਾਕਿਸਤਾਨ ਨੂੰ ਜਿਹੜੀਆਂ ਤੁਸੀਂ ਸਵਾਲ ਕੀਤਾ ਨਾ 20 ਲੀਟਰ ਵਾਲੀ ਮੱਝ ਦਾ ਵੀ ਨਹੀਂ ਸਾਨ ਦੇ ਸੀਮਨ ਬਣਾਵਾਂਗਾ ਅੱਲਾ ਦੇ ਫਜ਼ਲੋ ਕਰਮ 30 ਲੀਟਰ ਵਾਲੀਆਂ ਮੱਝਾਂ ਦੇ ਸੀਮਨ ਬਣਨਗੇ ਇਹ ਤੁਹਾਡੇ ਨਾਲ ਵਾਅਦਾ ਕਰ ਰਹੇ ਇਸ ਦਾ ਮਤਲਬ ਹੈ ਕਿ ਅਸੀਂ ਸਾਰੇ ਦੋਸਤਾਂ ਨੂੰ ਦੱਸ ਦੇਈਏ ਦੱਸੋ ਕਿ 4-4 ਲੱਖ ਵਾਲੇ ਜਾਂ 2-2 ਲੱਖ ਵਾਲੇ ਕੱਟਿਆਂ ਦੇ ਸੀਮਨ ਤੋਂ ਬਚ ਜਾਓ ਤੁਸੀਂ ਉਹ ਬਿਲਕੁਲ ਅਗਰ ਤੁਸੀਂ ਗੱਲ ਸੁਣੋ ਇਹ ਹੱਕ ਬਣਦਾ ਹੈ ਇਹ ਯਕੀਨ ਕਰੋ ਅਗਰ ਦੇਖੋ ਮੇਰੇ ਤਾਂ ਜ਼ਿਹਨ 'ਚ ਇਹ ਗੱਲ ਨਹੀਂ ਜੀ ਜੀ ਪੁੱਤਰ ਇੱਧਰ ਕਰ ਇਹ ਮੇਰੇ ਤਾਂ ਗੱਲ ਇਹ ਜ਼ਿਹਨ 'ਚ ਨਹੀਂ ਬਈ ਤੁਸੀਂ ਕਹਿ ਰਹੇ ਹੋ 2 ਲੱਖ ਜਾਂ 1 ਲੱਖ ਦੇ ਸੀਮਨ ਬਣ ਰਹੇ ਨੇ ਮੇਰੇ ਨਹੀਂ ਤੁਹਾਡੇ ਫਾਰਮ ਤੋਂ ਜਿਹੜੇ 2-4 ਯਾਰ ਉਹਦੇ ਹੁਣ ਮੈਂ ਕਿਸੇ ਨੂੰ ਦੇਖੋ ਕਿਸੇ ਦਾ ਤੁਸੀਂ ਸੁਜੈਸਟ ਅਸੀਂ ਇਹ ਹੀ ਕਰ ਰਹੇ ਨਾ ਕਿ ਦੋਸਤਾਂ ਨੂੰ ਕਿ ਤੁਸੀਂ ਅਗਰ ਸੀਮਨ ਲੈਣਾ ਹੈ ਆਜੀ ਸ਼ੋਕਰ ਡੋਗਰ ਸਾਹਿਬ ਦੀ ਬਰੀਡ ਦਾ ਤਾਂ ਕਿਉਂ ਨਾ ਤੁਸੀਂ ਡਾਇਰੈਕਟ ਉਹਨਾਂ ਕੋਲੋਂ ਲਵੋ ਉਹਨਾਂ ਕੋਲ ਨਹੀਂ ਉਹਨਾਂ ਤੋਂ ਸੀਮਨ ਮੈਂ ਤੇ ਯਕੀਨ ਕਰ ਇਸ ਨੀਅਤ ਨਾਲ ਕਰ ਰਹੇ ਹਾਂ ਸਾਡੇ ਪਾਕਿਸਤਾਨ 'ਚ ਇਹ ਹਰ ਘਰ ਅੱਛੇ ਤੋਂ ਅੱਛੀ ਬਰੀਡ ਹੋਵੇ ਜਿਹੜੇ ਸੀਮਨ
ਤਿਆਰ ਵਾਸਤੇ ਝੋਟੇ ਸਿਲੈਕਟ ਕੀਤੇ ਨੇ ਅੱਲਾਹ ਦੇ ਫਜ਼ਲੋਂ 30 ਲੀਟਰ ਤੋਂ ਉੱਤੇ ਵਾਲੀਆਂ ਮੱਝਾਂ ਦੇ ਕੀਤੇ ਨੇ ਉਹਨਾਂ ਦੇ ਸੀਮਨ ਦਵਾਂਗਾ ਅੱਲਾਹ ਦੇ ਫਜ਼ਲੋਂ ਕਰਮ ਇਨਸ਼ਾਅੱਲਾ ਪਾਕਿਸਤਾਨ ਹਾਜੀ ਸਾਹਿਬ ਇਹ ਤੁਸੀਂ ਟਾਈਮ ਸਪੈਨ ਵੀ ਕੋ ਦਿਓ ਨਾ ਟਾਈਮ ਇਹ ਸਾਲ ਹੈ ਦੋ ਨਹੀਂ 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 ਜਲਦੀ ਜਲਦੀ ਸਾਲ ਦੋ ਵਾਲੀ ਗੱਲ ਨਹੀਂ ਹੈਗੀ ਇਹ ਜਲਦੀ ਇਨਸ਼ਾਅੱਲਾ ਜਲਦ ਤੋਂ ਜਲਦ ਨਾ ਇਹ ਇਨਸ਼ਾਅੱਲਾ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਣਾ ਠੀਕ ਹੋ ਗਿਆ ਸਾਹਿਬ ਹਾਜੀ ਸਾਹਿਬ ਕੋਈ ਐਸਾ ਜਾਨਵਰ ਜਿਹੜਾ ਤੁਹਾਨੂੰ ਹਰ ਟਾਈਮ ਯਾਦ ਰਹਿੰਦਾ ਹੋਵੇ ਕੋਈ ਐਸਾ ਰਿਕਾਰਡ ਜਫਤਾ ਕੋਈ ਐਸੀ ਮੱਝ ਜਾਂ ਐਸਾ ਬੜੀਆਂ ਮੱਝਾਂ ਜਿਹੜਾ ਕੁਝ ਜਿਹੜਾ ਕੁਝ ਮਤਲਬ ਇਹ ਕਿ ਜਿਹੜੀ ਇੱਕ ਤੁਸੀਂ ਆਉਂਦੇ ਹੋ ਕਿ ਇਹ ਮੇਰੀ ਮੱਝ ਮੈਨੂੰ ਨਾ ਸਭ ਤੋਂ ਜ਼ਿਆਦਾ ਪਿਆਰੀ ਲੱਗੀ ਇਸ ਟਾਈਮ ਜਾਂ ਪਹਿਲੇ ਇਸ ਟਾਈਮ ਅੱਛਾ ਇਸ ਟਾਈਮ ਜਿਹੜੀ ਇਸ ਟਾਈਮ ਹੈ ਜਿਹੜੀ ਰੱਤੀ ਮੱਝ ਹੈ ਨਾ ਇੱਕ ਤਾਂ ਰੱਤੀ ਮੱਝ ਬਹੁਤ ਪਿਆਰੀ ਹੈ ਇੱਕ ਹੀਨੋ ਦੀ ਧੀ ਜਿਹੜੀ ਬਹੁਤ ਪਿਆਰੀ ਹੈ ਇੱਕ ਮੇਰੀ ਬੱਲੀ ਜੋਟੀ ਫਿਰਦੀ ਹੈ ਉਹ ਕਹੋ ਤਾਂ ਮੈਂ ਕਢਾ ਵੀ ਲਵਾਂ ਅਤੇ ਉਹ ਬਹੁਤ ਪਿਆਰੀਆਂ ਨੇ ਮੱਝਾਂ ਕੋਈ ਵਿੱਚ ਜਾਨਵਰ ਐਸੇ ਨੇ ਜਿਹੜੇ ਉਹ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਪਸੰਦ ਨੇ ਪਤਾ ਕਿ ਆਉਣ ਵਾਲੇ ਨੂੰ ਤਾਂ ਨਹੀਂ ਉਹ ਮੈਨੂੰ ਉਹ ਅਸੀਂ ਇਸੇ ਤੋਂ ਪੁੱਛ ਰਹੇ ਹਾਂ ਨਾ ਕਿ ਉਹਨੇ ਅਸੀਂ ਵੀਡੀਓ ਵੀ ਬਣਾਉਣੀ ਹੈ ਜੀ ਬਣਾਓ ਬਣਾ ਬਣਾ ਉਹਨੂੰ ਜ਼ਿਆਦਾ ਪਿਆਰ ਜੀ 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 ਮੈਂ ਉਹ ਤੁਹਾਨੂੰ ਦੱਸਣਾ ਉਹਦਾ ਬਿਲਕੁਲ ਦਿਖਾਓ ਅੱਛੀ ਗੱਲ ਹੈ ਬਹਰਹਾਲ ਦੇਖੋ ਨਾ ਤੁਸੀਂ ਗੱਲ ਕੀਤੀ ਹੈ ਵੀ ਸੀਮਨ ਜਿਹੜੇ ਐਡਾ ਕਮਲਾ ਕੋਈ ਨਹੀਂ ਹੈਗਾ ਅੱਜ ਦੇ ਦੌਰ 'ਚ ਇੱਕ ਬੰਦਾ 15 ਲੱਖ ਰੁਪਇਆ ਦਾ ਬੱਚਾ ਲੈਂਦਾ ਹੈ ਜੀ ਉਹਦਾ ਰਿਕਾਰਡ ਮਾਂ ਦਾ ਰਿਕਾਰਡ ਉਹ ਕੋਈ ਅੱਛਾ ਇੱਕ ਦੱਸੋ 15 ਲੱਖ ਰੁਪਏ ਜਾ ਕੇ ਦੇ ਦਿੱਤਾ ਹੈ ਉਹਨਾਂ ਨੇ ਨਹੀਂ ਹਾਜੀ ਸਾਹਿਬ ਜਿਹੜੇ ਰਿਕਾਰਡ ਤੁਹਾਡੇ ਕੋਲ ਜਾਂਦੇ ਨੇ ਨਾ ਉਹਨਾਂ ਦੇ ਰਿਕਾਰਡ ਉੱਤੇ ਤੁਹਾਡੇ ਬਾਬਰ 2 ਨਾਲ ਅਤੇ ਹੀਨੋ ਨਾਲ ਉਹਨਾਂ ਨਾਲ ਮਿਲਦੇ ਨੇ ਉਹ ਲੇਕਿਨ ਇਹ ਹੈ ਕਿ ਸਾਰੇ ਜਾਨਵਰਾਂ ਵਿੱਚ ਹਰ ਜਾਨਵਰ ਬਰਾਬਰ ਨਹੀਂ ਹੈ ਬਰਾਬਰ ਨਹੀਂ ਹੋ ਸਕਦਾ ਇੱਕ ਮੱਝ ਦੇ ਅਗਰ 4 ਬੱਚੇ ਨੇ ਉਹਨਾਂ ਵਿੱਚ ਵੀ ਇੱਕ ਅੱਛਾ ਬਿਲਕੁਲ ਇੱਕ ਮੱਝ ਦਾ ਐਵੇਂ ਹੁਣ ਕਈ ਮੱਝਾਂ ਐਸੀਆਂ ਨੇ ਬਈ ਜਿਹੜਾ ਇੱਕ ਦੌਰਾਨ ਮੈਂ ਤੈਨੂੰ ਆਪਣੀ ਗੱਲ ਸੁਣਾਉਣਾ ਜਦੋਂ ਬਾਬਰ 2 ਵਿਕਿਆ ਮੇਰੇ ਕੋਲੋਂ ਇਹ ਬੜੀ ਗੱਲ ਅਹਿਮ ਹੈ ਮੈਂ ਤੈਨੂੰ ਦੱਸ ਰਿਹਾ ਇਹ ਮੈਂ ਆਪਣੀ ਕਮਜ਼ੋਰੀ ਦੱਸ ਰਿਹਾ ਜਦੋਂ ਬਾਬਰ 2 ਚਲਿਆ ਗਿਆ ਨਾ ਮੇਰੇ ਜੋਟਾ ਇੱਕ ਦੋਸਤ ਕੋਲ ਤੇ ਉਹ ਮੈਨੂੰ ਕਹਿੰਦਾ ਹਾਲੇ ਮੈਂ ਨਹੀਂ ਦੇਣਾ ਮੈਂ ਮਜਬੂਰਨ ਇੱਕ ਜੋਟਾ ਇੰਜ ਲੈ ਆਇਆ ਕਿਸੇ ਦੋਸਤ ਵਾਸਤੇ ਉਹਦੇ ਕੋਲੋਂ ਕੋਈ ਜੋਟੀਆਂ ਹੀ ਛੱਡ ਦਿੱਤਾ ਕੋਈ 10 ਮੱਝਾਂ ਕ੍ਰਾਸ ਹੋਈਆਂ ਨੇ ਤੁਸੀਂ ਯਕੀਨ ਕਰੋ 10 ਦੇ 10 ਬੱਚੇ ਮੈਨੂੰ ਪਸੰਦ ਨਹੀਂ ਮੇਰੀ ਆਪਣੇ ਜਾਨਵਰ ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਮੈਂ ਆਪਣੀ ਪਸੰਦ ਤੋਂ ਬਗੈਰ ਜੋਟਾ ਨਹੀਂ ਵਾੜਿਆ ਪੂਰੀ ਜ਼ਿੰਦਗੀ 'ਚ 1 ਮਹੀਨਾ ਜੋਟਾ ਆਇਆ ਹੈ ਉਹ 10 ਬੱਚੇ ਪਸੰਦ ਨਹੀਂ ਜਿਹਦੇ 'ਚੋਂ 6-7 ਦੇ ਚੁੱਕਿਆ ਇੱਕ ਜਨਾਬ ਨੇ ਪੁੱਛ ਰਹੇ ਤੇ ਉਹ ਦੇ ਚੁੱਕਿਆ ਉਹ ਮੈਂ ਹੁਣ ਜਿਹੜੀਆਂ ਕੱਟੀਆਂ ਵੀ ਹੈਗੀਆਂ ਨੇ ਆਪਣਾ ਕੱਟੇ ਵੀ ਹੈ ਅੱਲਾ ਗਵਾਏ ਉਹ ਨਹੀਂ ਪਸੰਦ ਸਿਰਫ ਜੋਟੇ ਦੀ ਵਜ੍ਹਾ ਤੋਂ ਦੇਖੋ ਨਾ ਹੁਣ ਇੱਕ ਗੱਲ ਉਹਨਾਂ ਦੇ ਮੈਂ ਕਹਾਂ ਮੈਂ ਕੱਲ੍ਹ ਸੀਮਨ ਬਣਾਉਣਾ ਮੇਰੇ ਤਾਂ ਕਰਦੇ ਨੇ ਅਤੇ ਬਾਈ ਜਾਨ ਉਹ ਪਾਕਿਸਤਾਨ ਨਾਲ ਲੋਕਾਂ ਨਾਲ ਜ਼ੁਲਮ ਹੈ ਗਰਦਾਰੀ ਹੈ ਦੇਖੋ ਨਾ ਇੱਕ ਜਾਨਵਰ ਸੀਮਨ ਬੰਦਾ ਲੈ ਕੇ ਰੱਖਦਾ ਹੈ 3 ਸਾਲ ਜੋਟੀ ਨੂੰ ਤਿਆਰ ਕਰਦਾ ਅਗਰ ਉਹ ਕੋਈ ਸ਼ੈ ਨਾ ਪੈਦਾ ਹੋਵੇ ਤਾਂ ਕੀ ਮਜ਼ਾ ਆਇਆ ਬਿਲਕੁਲ ਇਨਸ਼ਾਅੱਲਾ ਉਹ ਜਿਹੜੇ 30 ਲੀਟਰ ਵਾਲੀਆਂ ਮੱਝਾਂ ਨੇ ਉਹਨਾਂ ਦੇ ਸੀਮਨ ਅੱਲਾ ਦੇ ਫਜ਼ਲੋ ਕਰਮ ਨਾਲ ਆਣ ਕਰੀਬ ਜਲਦ ਤੋਂ ਜਲਦ ਜਨਾਬ ਨੂੰ ਤੋਹਫਾ ਦੇਵਾਂਗੇ ਬਹੁਤ ਸ਼ੁਕਰੀਆ ਜੀ ਸਰ